ਅੱਛਾ ਪਹਿਲਾਂ ਕਹਿੰਦੇ ਓਪਨਿੰਗ ਹੁੰਦੀ ਨਹੀਂ ਸੀ ਫਿਲਮਾਂ ਦੀ, ਯਾਨੀ ਅੱਜ ਤੋਂ ਜੇ ਪਿੱਛੇ ਚਲੇ ਜਾਏ ਤਾਂ ਕਹਿੰਦੇ ਨੇ ਕਿ ਇੰਨਾ ਰਸ਼ ਹੁੰਦਾ ਸੀ ਔਰ ਬਾਹਰ ਦੇ ਲੋਕ ਵੀ ਬੜੀ ਕੋਸ਼ਿਸ਼ ਕਰਦੇ ਸਨ, ਲੋਕ ਸਿਫਾਰਸ਼ਾਂ ਦੇ ਨਾਲ ਅੰਦਰ ਆਉਂਦੇ ਹੁੰਦੇ ਸਨ, ਹੁਣ ਉਹ ਕਿਉਂ ਨਹੀਂ ਹੋ ਰਿਹਾ? ਉਹ ਸਿਲਸਿਲਾ ਤੇ ਅੱਜ ਵੀ ਹੈਗਾ। ਦੇਖੋ ਕੋਈ ਵੀ ਇੱਕ ਨਿਊ ਕਮਰ ਆਏਗਾ ਫਿਲਮ ਲਾਈਨ ਦੇ ਵਿੱਚ ਤੇ ਜ਼ਾਹਿਰ ਹੈ ਉਹ ਕਿਸੇ ਨਾ ਕਿਸੇ ਵਸੀਲੇ ਦੇ ਤਹਿਤ ਹੀ ਆਏਗਾ। ਉਹ ਸਿਲਸਿਲੇ ਅੱਜ ਵੀ ਹੈਗੇ ਨੇ। ਮਸਲਾ ਕੀ ਹੈਗਾ ਕਿ ਜਦੋਂ ਐਂਟਰਟੇਨਮੈਂਟ ਦੇ ਜ਼ਰਾਏ ਵੱਧ ਗਏ ਉਸ ਹਿਸਾਬ ਨਾਲ ਫਿਲਮ ਦੀ ਵੀ ਘਟ ਗਈ। ਸਾਨੂੰ ਉਹਨਾਂ ਨੂੰ ਫਿਲਮ ਨਾ ਮਿਲੀ, ਉਹਨੇ ਇੰਡੀਅਨ ਇੰਪੋਰਟ ਕਰਨੀ ਸ਼ੁਰੂ ਕਰ ਦਿੱਤੀ। ਤੁਸੀਂ ਵੇਖੋ ਹੁਣ ਤੇ ਮੈਂ ਮੁਖਤਲਿਫ ਚੈਨਲਸ ਤੇ ਵੇਖਨੇ ਕਿ ਇੰਡੀਅਨ ਫਿਲਮਾਂ ਵੀ ਲੱਗਦੀਆਂ। ਲੋ ਜੀ ਇਹ ਗੱਲ ਕਿੰਨੀ ਅੱਛੀ ਜਾਂ ਬੁਰੀ ਹੈ, ਮੈਂ ਤੇ ਉਹ ਗੱਲ ਕਰਨੀ ਹੈ ਜਿਹੜੀ ਸਾਨੂੰ ਸਹੀ ਲੱਗ ਰਹੀ ਹੋਵੇ। ਮਿਲਨੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਵਾਪਸ ਆ ਗਏ ਬ੍ਰੇਕ ਤੋਂ ਬਾਅਦ ਤੇ ਤੁਸੀਂ ਤੱਕ ਰਹੇ ਹੋ ਸਜਰੀ ਸਵੇਰ। ਸ਼ਾਨ ਕਹਿੰਦਾ ਮੇਰੇ ਇਲਾਵਾ ਨਜ਼ਰ ਕੋਈ ਨਾ ਆਵੇ, ਅੱਛਾ ਸੀਨ ਕਿਸੇ ਨੇ ਕੀਤਾ ਉਹਨੇ ਐਡਿਟ ਕਰਾ ਦੇਣਾ। ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਸਾਡੇ ਕੋਲ ਸ਼ਫਕਤ ਚੀਮਾ ਸਾਹਿਬ ਹੈ, ਮੇਰਾ ਬੜਾ ਦਿਲ ਕਰਦਾ ਕਿ ਮੈਂ ਪ੍ਰੋਮੋ ਬਣਾਵਾਂ, ਉਹਦੇ ਵਿੱਚ ਉਹਨਾਂ ਦੀ ਲਾਈਨ ਜ਼ਰੂਰ ਉਹ ਹੋਣੀ ਚਾਹੀਦੀ ਹੈ। ਮੈਂ ਕਿਹਾ ਇੱਕ ਫਿਲਮ ਵੇਖੀ, ਉਹਦੇ ਵਿੱਚ ਤੁਸੀਂ ਐਂਡ ਤੇ ਨਜ਼ਰ ਨਹੀਂ ਆਏ ਤੇ ਕਹਿੰਦੇ ਨੇ ਮੈਂ ਜਦੋਂ ਕਹਿੰਦੇ ਨੇ ਮੈਂ ਵੀ ਉਹ ਸੀਨ ਕੀਤਾ ਸੀ, ਮੈਂ ਡਾਇਰੈਕਟਰ ਨਾਂ ਨਹੀਂ ਲੈਣਾ, ਤੁਹਾਨੂੰ ਗੁੱਸਾ ਚੜ੍ਹੇਗਾ ਕਿ ਮੈਂ ਆਪਣੇ ਡਾਇਰੈਕਟਰ ਨੂੰ, ਮੈਂ ਨਜ਼ਰ ਕਿਉਂ ਨਹੀਂ ਆਇਆ? ਉਹਨੇ ਕਿਹਾ ਭਾਈ ਮੈਂ ਸ਼ਾਨ ਨੂੰ ਵੇਚਣਾ ਜਾਂ ਤੈਨੂੰ ਵੇਚਣਾ। ਯਾਨੀ ਸ਼ਾਨ ਮਾਈਂਡ ਵੀ ਕਰ ਜਾਂਦਾ ਹੈ ਕਿ ਇਹਦਾ ਨਾਂ ਕੀ ਹੈ, ਮੇਰੇ ਨਾਲੋਂ ਭਾਰਾ ਸੀਨ ਕਿਸੇ ਦਾ, ਇਹਦੇ 'ਚ ਕੋਈ ਸੱਚਾਈ ਹੈ ਜਾਂ ਨਹੀਂ? ਮੈਂ ਇਹਦੇ ਤੇ ਕੋਈ ਕਮੈਂਟਸ ਨਹੀਂ ਰਿਹਾਗਾ। ਕੋਈ ਨਹੀਂ, ਤੁਸੀਂ ਅਲੇ ਕੰਮ ਬਹੁਤ ਕਰਨਾ। ਨਹੀਂ ਮੈਂ ਤੇ ਉਰਦੂ ਪੰਜਾਬੀ ਦਾ ਕੰਮ ਹੀ ਨਹੀਂ ਕਰ ਰਿਹਾ, ਸਿਰਫ ਉਹ ਆਪਣਾ ਲਾਸਟ ਮੇਰੀ ਬਿੱਛੂ ਉਹਨਾਂ ਨਾਲ ਹੀ ਸ਼ਾਨ ਸਾਹਿਬ ਨਾਲ ਹੀ ਫਿਲਮ ਹੈਗੀ ਸੀ। ਦੇਖੋ ਕਿਸੇ ਨੂੰ ਮਾਇੰਡ ਇਸ ਲਈ ਨੀ ਕਰਨਾ ਚਾਹੀਦਾ ਕਿ ਇੱਕ ਟਾਈਮ ਤੇ ਇੱਕ ਬੰਦਾ ਵਿਕ ਰਿਹਾ ਹੁੰਦਾ, ਇੱਕ ਟਾਈਮ ਤੇ ਉਹਦੀ ਵੈਲਿਊ ਨਹੀਂ ਹੁੰਦੀ ਤੇ ਉਹ ਬੰਦਾ ਐਵੇਂ ਆ ਕੇ ਕਵੇ ਕਿ ਜੀ ਮੈਂ ਸਟਾਰ ਹੈਗਾ, ਇਹ ਮੰਨਣਾ ਚਾਹੀਦਾ। ਇੱਕ ਟਾਈਮ ਹੁੰਦਾ ਕਿ ਇੱਕ ਬੰਦੇ ਦਾ ਵਕਤ ਹੁੰਦਾ, ਇੱਕ ਟਾਈਮ ਹੁੰਦਾ ਵਕਤ ਨਹੀਂ ਹੁੰਦਾ, ਉਸ ਵੇਲੇ ਆਫ ਹੋ ਜਾਂਦਾ। ਦਲੀਪ ਸਾਹਿਬ ਵੀ ਘਰ ਬੈਠੇ ਨੇ ਹੁਣ, ਦਲੀਪ ਸਾਹਿਬ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਆਰਟਿਸਟ ਖਤਮ ਹੋ ਗਏ। ਦਲੀਪ ਸਾਹਿਬ ਤਾਂ ਖੁਦ ਵੀ ਨਹੀਂ ਨਾ ਕਰ ਰਹੇ ਫਿਲਮ, ਆਪਣੀ ਇੱਕ ਸੋਚ ਦੇ ਮੁਤਾਬਕ ਵੀ ਨਹੀਂ ਨਾ ਕੰਮ ਕਰਦੇ ਪਏ। ਉਹ ਨਹੀਂ ਗੱਲ ਹੈਗੀ, ਗੱਲ ਸਿਰਫ ਹੈਗੀ ਕਿ ਅਸੀਂ ਹਮੇਸ਼ਾ ਉਦੋਂ ਬਿਆਨਬਾਜ਼ੀ ਕਰਨੇ ਆ ਜਦੋਂ ਸਾਨੂੰ ਕੋਈ ਨਹੀਂ। ਉਹ ਤਾਂ ਕਹਿੰਦੇ ਕੁਛ ਨਹੀਂ ਮਸਕੀਨ, ਦਲੀਪ ਕੁਮਾਰ ਦੇ ਨਾਲ ਤੇ ਨਾ ਰਲਾਓ ਸਾਡੇ ਪਾਕਿਸਤਾਨ ਦੇ ਵਿਚਾਰਿਆਂ ਨੂੰ। ਦੇਖੋ ਪਾਕਿਸਤਾਨ 'ਚ ਟੈਲੈਂਟ ਘੱਟ ਨਹੀਂ ਹੈਗਾ, ਮੈਂ ਤੁਹਾਨੂੰ ਅਗਰ ਫੋਲਣਾ ਸ਼ੁਰੂ ਕਰਾਂ। ਨਹੀਂ ਮੈਂ ਖੁਦ ਕਹਿੰਦੀ ਹਾਂ, ਮੈਂ ਦਲੀਪ ਕੁਮਾਰ ਨੂੰ ਇਸ ਵਜ੍ਹਾ ਤੋਂ ਵੱਡਾ ਕਹਿ ਰਹੀ ਹਾਂ ਕਿ ਦਲੀਪ ਕੁਮਾਰ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਇੱਕ ਮਿਆਰ ਬਣਾਇਆ। ਤੁਸੀਂ ਉਹਨਾਂ ਨੂੰ ਥਾਂ ਥਾਂ ਤੇ ਓਪਨਿੰਗਾਂ ਤੇ ਥਾਂ ਥਾਂ ਤੇ, ਤੁਸੀਂ ਕਿਸੇ ਅਖਬਾਰਾਂ ਤੇ ਕਿਸੇ ਸ਼ੋਅਾਂ ਤੇ ਅਵਾਰਡਾਂ ਤੇ ਤੁਸੀਂ ਉਹਨੂੰ ਨਹੀਂ ਵੇਖਿਆ। ਪਾਕਿਸਤਾਨ ਦੇ ਆਰਟਿਸਟ ਕਿਸੇ ਵੀ ਤਰੀਕੇ ਨਾਲ ਇੰਡੀਆ ਤੋਂ ਘੱਟ ਨਹੀਂ ਹੈਗੇ, ਮੈਂ ਖੁਦ ਮੰਨਦੀ ਹਾਂ ਇਹਦੇ ਕੋਈ ਸ਼ੱਕ ਨਹੀਂ। ਉਹਦੀ ਵਜ੍ਹਾ ਹੈਗੀ ਨਾ, ਸਾਡੇ ਟੈਕਨੀਸ਼ੀਅਨ ਘੱਟ ਹੈਗੇ ਨੇ, ਸਾਨੂੰ ਮਾਰਿਆ 1930 ਦੀ ਮਸ਼ੀਨਰੀ ਨੇ, ਨਾ ਸਾਡੇ ਕੋਲ ਲੈਬ ਹੈਗੀ ਹੈ, ਨਾ ਸਾਡੇ ਕੋਲ ਕੈਮਰੇ ਡਿਜੀਟਲ ਹੈਗੇ ਨੇ ਜਿੱਥੇ ਇੰਡਸਟਰੀ ਉਹਨਾਂ ਦੀ ਪਹੁੰਚ, ਅਸੀਂ ਟੈਕਨੀਕਲ ਪਿੱਛੇ ਵਾ, ਸਾਡੇ ਗੁਲੇਲ ਦੇ ਨਾਲ ਅਸੀਂ ਮਿਜ਼ਾਈਲ ਦਾ ਕੀ ਮੁਕਾਬਲਾ ਕਰਾਂਗੇ। ਅੱਛਾ ਮੈਂ ਸੁਣਿਆ ਕਿ ਬਾਈ ਸੰਗੀਤਾ ਨੇ ਕਿਹਾ ਮੈਨੂੰ ਸਿਰਫ 3 ਕੈਮਰੇ ਦੇ ਦਿਓ ਔਰ ਕੋਈ ਲੈਬ ਹੈ, ਮੈਂ ਅਖਬਾਰ 'ਚ ਪੜਿਆ ਸੀ ਕਿ 3-4 ਚੀਜ਼ਾਂ ਮੰਗੀਆਂ ਤੇ ਉਹਨਾਂ ਨੇ ਕਿਹਾ ਮੈਂ ਫਿਲਮ ਇੰਡਸਟਰੀ ਚੇਂਜ ਕਰ ਦਿਆਂਗੀ, ਫਿਲਮ ਇੰਡਸਟਰੀ ਬਹਰਾਂ 'ਚੋਂ ਨਿਕਲ ਆਏਗੀ। ਕਹਿ ਰਹੇ ਨਾ ਨਹੀਂ ਤੇ ਖਾਲੀ ਬਾਜੀ ਸੰਗੀਤਾ ਫਿਲਮ ਇੰਡਸਟਰੀ ਨੂੰ ਨਹੀਂ ਚੇਂਜ ਕਰ ਸਕਦੇ। ਖਾਲੀ ਸੰਗੀਤਾ ਬੇਗਮ ਨਹੀਂ, ਇਹ ਉਹਨਾਂ ਦੇ ਪਿੱਛੇ ਪੂਰੀ ਇੰਡਸਟਰੀ ਹੈਗੀ ਹੈ। ਔਰ ਇਹ ਜਿਹੜੇ ਅੱਜ ਨਾਰਾਜ਼ ਦੋਸਤ ਹੈਗੇ ਨੇ ਉਹ ਵੀ ਇੱਕ ਟਾਈਮ ਦੇ ਨਾਲ ਮਿਲ, ਦੇਖੋ ਇੰਡਸਟਰੀ ਲਈ ਕੋਈ ਵੀ ਕੰਮ ਕਰੇ, ਚਾਹੇ ਉਹ ਡਾਂਸ ਕਰਨ ਚਾਹੇ ਸੰਗੀਤਾ ਬੇਗਮ ਕਰਨ, ਇੰਡਸਟਰੀ ਦੀ ਭਲਾਈ ਲਈ ਕੰਮ ਜਿਹੜਾ ਨਾ ਹੋਣਾ ਚਾਹੀਦਾ। ਜਮਸ਼ੇਦ ਜੱਸਾ ਸਾਹਿਬ ਕੋਈ ਕੰਮ ਨਹੀਂ ਕਰੇ, ਜਮਸ਼ੇਦ ਜ਼ਫਰ ਸਾਹਿਬ, ਸਜਾਦ ਗੁਰ, ਸ਼ਹਿਜ਼ਾਦ ਗੁਲ, ਇਹ ਕਿਤੇ ਵੀ ਨਜ਼ਰ ਨਹੀਂ ਆ ਰਹੇ ਅੱਜ ਕੱਲ੍ਹ। ਔਰ ਬਾਬਰਾ ਸ਼ਰੀਫ ਵੀ ਕਿਸੇ ਜਗ੍ਹਾ ਤੇ ਨਜ਼ਰ ਨਹੀਂ ਆਉਂਦੇ, ਔਰ ਨਾ ਹੀ ਮੈਂ ਵੇਖਿਆ ਕਿ ਫਿਲਮ ਸਟਾਰ ਸਾਇਮਾ ਹੀ ਕਿਸੇ ਪ੍ਰੋਗਰਾਮ ਦੇ ਵਿੱਚ ਕਿਸੇ ਜਗ੍ਹਾ ਤੇ ਉਹਨਾਂ ਨੇ ਕਿਸੇ ਦੀ ਫੇਵਰ ਕੀਤੀ ਹੋਵੇ, ਕੀ ਵਜ੍ਹਾ? ਅਸਲ 'ਚ ਅੱਛਾ ਸੀ, ਕਈ ਵਾਰੀ ਐਸੀਆਂ ਗੱਲਾਂ ਵੀ ਆਪਣੇ ਦਿਲ 'ਚ ਰੱਖ ਲੈਂਦੇ ਆ ਨਾ ਕਿ ਕਿਸੇ ਦਾ ਦਿਲ ਅਜ਼ਾਰੀ ਨਾ ਹੋਵੇ। ਉਹ ਲੋਬੀ ਸਿਸਟਮ ਤੋਂ ਜ਼ਰਾ ਜਿੰਨਾ ਬਾਹਰ ਨਿਕਲਿਆ, ਮੈਂ ਫਿਲਮ ਸਟਾਰ ਸਾਇਮਾ ਦੀ ਫੈਨ ਵੀ ਹਾਂ, ਉਹ ਆਰਟਿਸਟ ਵੀ ਉਹਨੇ ਆਪਣਾ ਮਨਵਾਇਆ ਵੀ ਹੈ, ਔਰ ਉਹਦੇ 'ਤੇ ਅੱਲਾ ਦੀ ਰਹਿਮਤ ਵੀ ਹੈ। ਕੋਈ ਕੁਝ ਵੀ ਕਵੇ, ਅੱਲਾ ਦੀ ਰਹਿਮਤ ਹੁੰਦੀ ਹੈ ਤੇ ਮਾਲਿਕੇ ਕਾਇਨਾਤ ਪਹਿਚਾਣ ਦਿੰਦਾ, ਔਰ ਫਿਰ ਨਾ ਉਹਦੀ ਕੋਈ ਬੁਰਾਈ ਮੈਂ ਵੇਖੀ, ਨਾ ਉਹਨੇ ਕਦੇ ਕਿਸੇ ਦੀ ਬੁਰਾਈ ਕੀਤੀ ਹੈ, ਔਰ ਕਿਸੇ ਦੇ ਜਨਾਜ਼ੇ 'ਤੇ ਵੀ ਗਈ ਨੇ ਫੋਟੋ ਹੀ ਨਹੀਂ ਲਵਾਈ, ਉਹ ਘਰ ਹੀ ਵੜੀ ਹੈ, ਉਹ ਚੁੱਪ ਕਰਕੇ ਮੂੰਹ ਲੁਕਾ ਕੇ, ਮਜਲਿਸ 'ਤੇ ਵੀ ਗਈ ਤੇ ਮੂੰਹ ਲੁਕਾ ਕੇ, ਉਹਦੇ ਵੱਖਰਾ ਸਟਾਈਲ, ਉਹਨੇ ਆਪਣੇ ਆਪ ਨੂੰ ਇੰਨਾ ਪਹੁੰਚ ਨਹੀਂ ਕੀਤਾ ਜਿਵੇਂ ਦੂਜੀਆਂ ਕਰਦੀਆਂ ਨੇ, ਇੰਨਾ ਮੇਕਅਪ ਕਰਕੇ ਜਨਾਜ਼ਿਆਂ 'ਤੇ ਵੀ ਟੁੱਟ ਜਾਂਦੀ, ਅੱਲਾ ਉਹਨੂੰ ਭਲਾ ਦੇਵੇ, ਪਰਵਰਦੀਗਾਰ ਉਹਨਾਂ 'ਤੇ ਰਹਿਮਤ ਕਰ, ਉਹਨਾਂ ਨੂੰ ਅਕਲ ਦੇਵੇ, ਉਹਦੀ ਬਾਜੀ ਕਰੀ ਦੇ ਮੈਨੂੰ ਬਹੁਤ ਲੱਗਦਾ। ਲੇਕਿਨ ਲੋਬੀ ਸਿਸਟਮ ਦੇ ਹਿਸਾਬ ਨਾਲ ਵਿਆਈਆ ਜਾਵੇ ਤੇ ਪਿੱਛੇ ਸਾਡੇ ਕੋਲ 10 ਸਾਲ 'ਚ ਬੜੀ ਬੜੀ ਸੋਹਣੀ ਕੁੜੀ, ਬੜਾ ਬੜਾ ਟੈਲੈਂਟਡ ਮੁੰਡਾ ਵੀ ਆਇਆ, ਬੜਾ ਬੜਾ ਅੱਛਾ ਸਾਡੇ ਕੋਲ ਸ਼ਫਕਤ ਚੀਮਾ ਸਾਹਿਬ ਤੇ ਹੈ ਹੀ, ਬਹੁਤ ਜਜ਼ਬਾਤੀ ਆਦਮੀ ਨੇ ਨਾ, ਜੰਗ ਜੂ ਹੋਏ ਆਪਣੇ ਕੰਮ 'ਚ ਮਰ ਜਾਣ ਵਾਲਾ ਪਾਈ ਹੈ, ਉਸ ਤੋਂ ਇਲਾਵਾ ਸਾਡੇ ਕੋਲ ਬੜੇ ਬੜੇ ਐਸੇ ਵਿਲਨ ਮੁੰਡੇ ਆਣ ਕੇ ਜਿਨ੍ਹਾਂ ਨੂੰ ਵੇਖ ਕੇ ਕਿਹਾ ਕਿ ਵਾਹ 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 ਵਾਹ। ਗੱਲ ਸਿਰਫ ਹੈਗੀ ਹੈ ਕਿ ਉਦੋਂ ਲਾਬੀਆਂ ਕੁਝ ਨਹੀਂ ਕਹਿੰਦੀਆਂ, ਜਦੋਂ ਬੰਦਾ ਆ ਜਾਵੇ ਨਾ ਉਹਨੂੰ ਕੋਈ ਰੋਕ ਨਹੀਂ ਸਕਦਾ। ਜਿਹੜਾ ਟੈਲੈਂਟ ਹੈ ਨਾ ਉਹ ਅਗਰ ਇੱਕ ਵਾਰੀ ਸਾਹਮਣੇ ਆ
ਕੋਈ ਦੁਨੀਆ ਦੀ ਕੋਈ ਲਾਬੀ ਉਹਨੂੰ ਰੋਕ ਨਹੀਂ ਸਕਦੀ। ਨਹੀਂ ਕਿਉਂ ਨੀ, ਇਸ ਤਰ੍ਹਾਂ ਕਿਸ ਤਰ੍ਹਾਂ ਅਸੀਂ ਦੁਨੀਆ ਦੀ ਤਾਕਤ ਤੇ ਸੋਹਣੇ ਰੱਬ ਦੀ ਤਾਕਤ ਨੂੰ ਮੰਨੇ। ਇੱਕ ਮੁੰਡਾ ਜਿਹਦਾ ਨਾਂ ਸਰਦਾਰ ਕੁਮਾਰ, ਉਹਦੀ ਇੱਕ ਫਿਲਮ ਹਿੱਟ ਹੁੰਦੀ ਹੈ, ਸੁਪਰ ਹਿੱਟ, ਯਾਨੀ ਕਿ ਚੂੜੀਆਂ ਫਿਲਮ 'ਚ ਐਜ਼ ਅ ਕਾਮੇਡੀਅਨ ਉਹ ਹਿੱਟ ਹੋ ਗਿਆ, ਉਹਦਾ ਗਾਣਾ ਵੀ ਹਿੱਟ ਹੋ ਗਿਆ ਸਨਾ ਦੇ ਨਾਲ। ਇੱਕੋ ਫਿਲਮ ਸਈਦ ਨੂਰ ਸਾਹਿਬ ਦੀ ਅਗਲੀ ਫਿਲਮ ਕਰਦਾ, ਠੀਕ ਹੈ, ਸ਼ਾਇਦ ਤੁਹਾਨੂੰ ਪਤਾ ਵੀ ਹੋਵੇ, ਇੱਕ ਫਿਲਮ ਉਹਨੇ ਕੀਤੀ ਹੈ ਤੇ ਕੋਈ ਐਸਾ ਮਸਲਾ ਬਣਿਆ, ਵੱਲਾ ਆਲਮ ਸਾਨੂੰ ਉਸੇ ਨਹੀਂ ਇਸ ਗੱਲ ਕਰਾਂਗੇ ਸਰ। ਪੂਰੀ ਫਿਲਮ ਚੋਂ ਜਿਹੜਾ ਬੰਦਾ ਹਿੱਟ ਹੈ, ਜਿਹੜਾ ਫਨਕਾਰ ਅੱਛਾ, ਜਿਹਨੇ ਮਿਹਨਤ ਕੀਤੀ ਹੈ, ਉਹ ਪੂਰੀ ਫਿਲਮ ਚੋਂ ਨਿਕਲ ਗਏ, ਕੀ ਡਿਸਆਰਟ ਹੋਇਆ ਹੈਗਾ ਫੀਲਡ ਤੋਂ, ਫਿਲਮ ਇੰਡਸਟਰੀ ਤੋਂ? ਜਿਵੇਂ ਕੀ ਦੇਖੋ, ਇਹ ਆਰਟਿਸਟ ਦਾ ਆਪਣਾ ਵੀ ਕੁਝ ਹੁੰਦਾ ਹੈ। ਹੁਣ ਇਹ ਤੇ ਇਹਦਾ ਬਿਹਤਰ ਜਵਾਬ ਨੂਰ ਸਾਹਿਬ ਦੇ ਸਕਦੇ ਨੇ ਕਿ ਉਹਦਾ ਜਾਂ ਸਰਦਾਰ ਕਮਾਲ ਸਾਹਿਬ ਦਾ ਕੀ ਉਹਨਾਂ ਨਾਲ ਕੋਈ ਹੋਇਆ ਜਿਹਦੀ ਵਜ੍ਹਾ ਤੋਂ ਨੈਕਸਟ ਫਿਲਮ ਚ ਨਹੀਂ ਹੈਗਾ। ਨਹੀਂ ਨਹੀਂ ਹੈਗਾ ਸੀ, ਕੱਟ ਹੀ ਦਿੱਤਾ ਕੰਮ, ਕੋਈ ਨਾ ਕੋਈ ਹੋਣਾ ਹੈ ਨਾ, ਕੋਈ ਨਾ ਕੋਈ ਦੇਖੋ, ਫਿਰ ਇਹਦਾ ਮਤਲਬ ਟੈਲੈਂਟ ਤਾਂ ਕੁਛ ਨਾ ਹੋਇਆ। ਟੈਲੈਂਟ ਦੀ ਗੱਲ ਨਹੀਂ ਹੈਗੀ, ਉਹਨਾਂ ਨੂੰ ਸ਼ੂਟ ਨਹੀਂ ਕਰਦਾ ਹੋਣਾ, ਉਹਨਾਂ ਨੂੰ ਸ਼ੂਟ ਨਹੀਂ ਕਰਨਾ। ਦੇਖੋ ਇੰਡੈਕਟਰ, ਫਿਰ ਤੁਸੀਂ ਇਹਨੂੰ ਨਾ ਕੰਮ ਕਰਾਉਣਾ ਕਿਉਂ? ਡਿਸਆਰਟ ਕੀਤਾ ਬਿਚਾਰੇ ਉਸ ਬੰਦੇ ਨੂੰ ਜਿਹਨੂੰ ਮੈਂ ਕਰਾ ਕੇ। ਤੁਹਾਨੂੰ ਸ਼ਾਇਦ ਇਹ ਇਲਮ ਨਹੀਂ ਹੈਗਾ ਕਿ ਉਸ ਦੌਰ 'ਚ, ਜਿਸ ਦੌਰ 'ਚ ਚੂੜੀਆਂ ਸਰਦਾਰ ਕਮਾਲ ਦੀ ਐਜ਼ ਅ ਸੈਕਿੰਡ ਹੀਰੋਇਨ ਹੋਈ ਹੈ, ਉਹ ਹਰ ਦੂਸਰੀ ਫਿਲਮ ਦਾ ਐਕਟਰ ਸੀ। ਬਿਲਕੁਲ ਜੀ, ਉਹਨੇ ਕੀਤਾ ਹੈ ਮਾਸ਼ਾਅੱਲਾ ਕੰਮ। ਅਸੀਂ ਇਹ ਉਹ ਕਿਹਾ ਬੰਦਾ ਜਿਹਨੇ ਆਪਣਾ ਘਰ ਵੇਚ ਕੇ ਤਾਂ ਫਿਲਮ ਬਣਾ ਛੱਡੀ ਸੀ, ਤਾਂ ਸ਼ਾਇਦ ਯਾਦ ਹੋਵੇ ਅਜੇ ਪ੍ਰੋਡਿਊਸਰ ਪਹਿਲਾਂ ਆਇਆ ਜੇ ਆਪਣਾ ਕੀ ਕਹਿੰਦੇ ਨੇ ਸਰਦਾਰ ਕਮਾਲ। ਨਹੀਂ ਮੇਰੇ ਨੋਟਿਸ ਨਹੀਂ, ਉਹਨੇ ਆਪਣੇ ਫੈਸਲਾ ਬਦ 40 ਲੱਖ ਰੁਪਏ ਲੈ ਕੇ ਆਇਆ ਤੇ ਆ ਕੇ ਉਹਨੇ ਫਿਲਮ ਬਣਾਈ ਸੀ ਜੀ। ਮੈਨੂੰ ਇਸ ਟਾਈਮ ਫਿਲਮ ਦਾ ਨਾਂ ਨਹੀਂ ਆ ਰਿਹਾ, ਲੇਕਿਨ ਮੈਂ ਦੱਸਾਂਗੀ ਉਹਨੇ ਫਿਲਮ ਬਣਾਈ ਖੁਦ। ਲੇਕਿਨ ਇੱਕ ਬੰਦਾ ਆਪਣੀ ਖਾਬ ਲੈ ਕੇ ਫਿਲਮ ਇੰਡਸਟਰੀ 'ਚ ਆਇਆ, ਹਾਲਾਂ ਥੀਏਟਰ ਦਾ ਬਹੁਤ ਅੱਛਾ ਆਰਟਿਸਟ, ਉਸ ਦੌਰ 'ਚ ਵੀ ਲੱਖ ਵਾ ਲੱਖ ਰੁਪਏ ਕਮਾ ਰਹੇ ਸੀ ਜਦੋਂ ਮੁੰਡੇ 20-25 ਹਜ਼ਾਰ ਲੈਂਦੇ ਸਨ। ਲੇਕਿਨ ਉਹ ਫਿਲਮ ਇੰਡਸਟਰੀ ਲਈ ਬਹੁਤਾ ਧਿਆਨ ਕੀਤਾ, ਮਿਹਨਤ ਕੀਤੀ, ਕੋਈ ਐਸੀ ਵਜ੍ਹਾ ਇੰਡਸਟਰੀ 'ਚ ਕੰਮ ਵੀ ਕੀਤਾ। ਦੇਖੋ ਮੈਂ ਤੁਹਾਨੂੰ ਉਹ ਯਾਦ ਕੀਤੀ ਹੈ ਨਾ ਕਿ ਇੱਕ ਟਾਈਮ ਆਉਂਦਾ ਕਿ ਆਰਟਿਸਟ ਰੋਲਿੰਗ 'ਚ ਹੁੰਦਾ, ਇੱਕ ਟਾਈਮ ਆਉਂਦਾ ਆਰਟਿਸਟ ਰੋਲਿੰਗ 'ਚ ਨਿਕਲ ਜਾਂਦਾ, ਜਦੋਂ ਪੱਟੜੀ ਤੋਂ ਉੱਤਰ ਜਾਂਦਾ ਨਾ, ਉਹਦੇ ਬਾਅਦ ਜਿਹੜਾ ਹੈ ਨਾ ਫਿਰ ਉਹ ਪੱਟੜੀ ਤੇ ਲੱਗ ਜਾਂਦਾ, ਪੱਟੜੀ ਤੇ ਦੁਬਾਰਾ ਚੜਨਾ ਦੁਨੀਆ ਦਾ ਸਭ ਤੋਂ ਮੁਸ਼ਕਿਲ ਤਰੀਨ ਕੰਮ ਹੈ। ਬਸ ਅਸਲ 'ਚ ਮਕਸਦ ਇਹ ਹੈ ਗੱਲ ਕਰਨ ਦਾ ਕਿ ਕੋਈ ਵੀ ਆਰਟਿਸਟ ਹੈਗਾ, ਉਹਦੀ ਇੱਕ ਰੋਲਿੰਗ ਜਿਸ ਵਕਤ ਚੱਲ ਰਹੀ ਹੁੰਦੀ ਹੈ ਨਾ, ਤੇ ਉਹ ਸਾਡਾ ਇੱਕ ਆਰਟਿਸਟ ਹੀ ਲਿਆਕਤ ਮੇਜਰ ਪਸ਼ਤੋ ਸਰਕਾਰ। ਹਾਂਜੀ ਬਿਲਕੁਲ ਬਿਲਕੁਲ, ਕਾਮੇਡੀਅਨ ਸੀ, ਅੱਜ ਕੱਲ੍ਹ ਉਹ ਤਬਲੀਗ ਕਰ ਰਹੇ ਨੇ, ਦਾਗੇ ਰੱਖ ਲਈ ਉਹਨਾਂ ਨੇ। ਮਤਲਬ ਜਦੋਂ ਬਦਰ ਆਸਫ ਨੇ ਮਸਰ ਅੱਧੀ ਦਾ ਨਾਂ ਲਿੱਤਾ ਜਾਂਦਾ ਸੀ, ਵਿੱਚ ਉਹਦਾ ਵੀ ਨਾਂ ਲਿੱਤਾ ਜਾਂਦਾ ਸੀ। ਕਿੰਨੀ ਅੱਛੀ ਗੱਲ ਹੈ, ਜਿਸ ਵਕਤ ਉਹ ਕਾਸਟ ਹਟ ਕੇ ਅਗੂ ਔਰ ਬਾਹਰ ਸ਼ਾਹਿਦ ਖਾਨ ਜੰਗੀਰ ਜਾਨੀ ਆਏ, ਤੇ ਉਹਦੇ ਵਿੱਚ ਉਹ ਨਹੀਂ ਸੀਗਾ, ਲੋਕਾਂ ਨੇ ਕਾਫੀ ਚਲਾਉਣ ਦੀ ਕੋਸ਼ਿਸ਼ ਕੀਤੀ, ਇੱਕ ਪੈਟਰਨ ਬੰਦੇ ਨੇ ਕਾਸਟ ਤੇ ਨਾ, ਉਸ ਸਿਲਸਿਲੇ ਨਾਲ ਅਗੂ ਸਿਲਸਿਲਾ ਚੱਲਦਾ ਰਹਿੰਦਾ। ਅੱਛਾ, ਅਸੀਂ ਇੰਨੀਆਂ ਗੱਲਾਂ ਕਰ ਰਹੇ ਹਾਂ ਸਿਮਰਾ ਸਾਹਿਬ, ਇਹਦੇ ਵਿੱਚ ਉਸ ਇੱਕ ਗੱਲ ਜ਼ਰੂਰ ਕੱਢਾਂਗਾ, ਇੱਕ ਫੋਨ ਲੈ ਲਈਏ, ਗੱਲ ਕਰਾਂਗੇ ਕਿ ਸਾਡੇ ਜਿਹੜੇ ਅਰੂਜ ਔਰ ਜ਼ਵਾਲ ਦੇ ਵਿੱਚ ਜਿਹੜਾ ਇੱਕ ਟਾਈਮ ਹੁੰਦਾ, ਉਹਦੇ ਫਨਕਾਰ ਨੂੰ ਕੀ ਕਰਨਾ ਚਾਹੀਦਾ, ਸੋਚੀਏ ਇਹਦੇ ਤੇ।